ਬਾਬਾ ਜੀ ਕੋਈ ਕਹਿਣਾ ਜੀ ਹਾਈ ਬਾਬਿਆ ਜੀ ਬਾਬਾ ਜੀ ਕੋਈ ਅਫਸੋਸ ਤਾਂ ਨਹੀਂ ਤੁਹਾਨੂੰ ਕਿਸ ਚੀਜ਼ ਦਾ ਅਫਸੋਸ ਤਾਂ ਨਹੀਂ ਹੈ ਬਾਬਾ ਜੀ ਮਾਰਿਆ ਗਿਆ ਜੀ ਕੁਛ ਬਾਬਾ ਜੀ ਲੁਧਿਆਣਾ 'ਚ ਸ਼ਿਵ ਸੈਨਾ ਆਗੂ 'ਤੇ ਕੀਤੇ ਜਾਨਲੇਵਾ ਹਮਲੇ ਤੋਂ ਬਾਅਦ 2 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਹੁਣ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ, ਜਿੱਥੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਉਹਨਾਂ ਨੇ ਸ਼ਿਵ ਸੈਨਾ ਆਗੂ ਸੰਦੀਪ ਥਾਪਰ ਉਰਫ ਗੋਰਾ 'ਤੇ ਹਮਲਾ ਕਿਉਂ ਕੀਤਾ। ਦੱਸ ਦਈਏ ਕਿ ਸੰਦੀਪ ਥਾਪਰ ਹੋਸਪਿਟਲ ਦੇ ਵਿੱਚ ਜ਼ੇਰੇ ਇਲਾਜ ਹੈ ਅਤੇ ਬੀਤੇ ਕੱਲ੍ਹ ਜਦੋਂ ਉਹ ਸਕੂਟੀ 'ਤੇ ਜਾ ਰਿਹਾ ਸੀ ਉਸਦਾ ਸਿਕਿਉਰਿਟੀ ਗਾਰਡ ਨਾਲ ਸੀ ਤਾਂ 3 ਨਿਹੰਗ ਸਿੰਘਾਂ ਦੇ ਵੱਲੋਂ ਬਾਜ਼ਾਰ ਦੇ ਵਿੱਚ ਘੇਰ ਕੇ ਉਸ 'ਤੇ ਸ਼ਰੇਆਮ ਹਮਲਾ ਕਰ ਦਿੱਤਾ ਗਿਆ ਸੀ। ਕਿਰਪਾਨਾਂ ਦੇ ਨਾਲ ਉਸਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਉਸਦੀ ਸਕੂਟੀ ਲੈ ਕੇ ਹੀ ਇਹ ਨਿਹੰਗ ਸਿੰਘ ਫਰਾਰ ਹੋ ਗਏ ਸਨ ਅਤੇ ਹੁਣ ਪੁਲਿਸ ਦੇ ਵੱਲੋਂ 2 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਿਨ੍ਹਾਂ ਨੂੰ ਲੁਧਿਆਣਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਤੇ ਇਸ ਦੌਰਾਨ ਮੀਡੀਆ ਵੱਲੋਂ ਇਹਨਾਂ ਨਿਹੰਗ ਸਿੰਘਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਜ਼ਿਆਦਾ ਇਹ ਨਿਹੰਗ ਸਿੰਘ ਨਹੀਂ ਬੋਲੇ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਹੁਣ ਰਿਮਾਂਡ ਤੋਂ ਬਾਅਦ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਇਹਨਾਂ ਨੇ ਅਟੈਕ ਕਿਉਂ ਕੀਤਾ ਸੀ। ਹਾਲਾਂਕਿ ਇਹਨਾਂ ਦਾ ਤੀਜਾ ਸਾਥੀ ਹਾਲੇ ਫਰਾਰ ਦੱਸਿਆ ਜਾ ਰਿਹਾ, ਜਿਸ ਦੀ ਪੁਲਿਸ ਭਾਲ ਕਰ ਰਹੀ ਹੈ। 3 ਨਿਹੰਗ ਸਿੰਘਾਂ ਦੇ ਵੱਲੋਂ ਇਹ ਅਟੈਕ ਕੀਤਾ ਗਿਆ ਸੀ, ਜਿਸ ਤੋਂ ਬਾਅਦ 2 ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਅੱਜ 2 ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਪੁਲਿਸ ਰਿਮਾਂਡ ਦੇ ਦੌਰਾਨ ਪੁੱਛਗਿੱਛ ਕਰੇਗੀ ਕਿ ਅਟੈਕ ਕਿਉਂ ਕੀਤਾ, ਕਿਸ ਦੇ ਕਹੇ ਤੋਂ ਕੀਤਾ, ਇਸ ਦੇ ਪਿੱਛੇ ਵਜ੍ਹਾ ਕੀ ਸੀ। ਸੰਦੀਪ ਥਾਪਰ ਹੋਸਪਿਟਲ ਦੇ ਵਿੱਚ ਜ਼ੇਰੇ ਇਲਾਜ ਹੈ, ਜਿਸ ਤੋਂ ਬਾਅਦ ਕਈ ਹਿੰਦੂ ਸੰਗਠਨਾਂ ਦੇ ਆਗੂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਨੇ। ਦੂਜੇ ਪਾਸੇ ਇਸ 'ਤੇ ਸਿਆਸਤ ਵੀ ਪੱਕੀ ਹੋਈ ਹੈ, ਕਾਨੂੰਨ ਵਿਵਸਥਾ 'ਤੇ ਵੀ ਸਵਾਲ ਚੁੱਕੇ ਜਾ ਰਹੇ ਨੇ। ਪੂਰੀ ਵੀਡੀਓ ਤੁਹਾਨੂੰ ਦਿਖਾਉਂਦੇ ਹਾਂ ਜਦੋਂ ਨਿਹੰਗ ਸਿੰਘਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਹਨਾਂ ਦਾ ਕੀ ਕਹਿਣਾ ਸੀ। ਬਾਬਾ ਜੀ ਕੋਈ ਕਹਿਣਾ ਜੀ ਹਾਈ ਬਾਬਿਆ ਜੀ ਬਾਬਾ ਜੀ ਕੋਈ ਅਫਸੋਸ ਤਾਂ ਨਹੀਂ ਤੁਹਾਨੂੰ ਕਿਸ ਚੀਜ਼ ਦਾ ਅਫਸੋਸ ਤਾਂ ਨਹੀਂ ਹੈ ਬਾਬਾ ਜੀ ਮਾਰਿਆ ਗਿਆ ਜੀ ਕੁਛ ਬਾਬਾ ਜੀ ਅਜੇ ਰਿਮਾਂਡ ਜੋ ਵਿਧਾਇਕ ਸ਼੍ਰੀ ਸੁਪ੍ਰੀਤ ਕੌਰ ਮੈਡਮ ਦੀ ਕੋਰਟ 'ਚ ਉਹਨਾਂ ਨੇ ਪੇਸ਼ ਕੀਤਾ ਅੱਜ ਅਤੇ ਉਸ ਤੋਂ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ। ਸਰ ਕਿੰਨੇ ਲੋਕਾਂ ਨੂੰ ਪੇਸ਼ ਕੀਤਾ? 2 ਲੋਕਾਂ। ਅਤੇ ਕੀ ਬਹਿਸ ਹੋਈ ਹੈ ਅੰਦਰ, ਕਿੰਨੇ ਦਿਨ ਦਾ ਰਿਮਾਂਡ ਮੰਗਿਆ? 3 ਦਿਨ ਅਸੀਂ 5 ਦਿਨ ਦਾ ਮੰਗਿਆ ਸੀ, 3 ਦਿਨ ਦਾ ਮੰਗਦਾ ਤੁਹਾਨੂੰ ਮਿਲਿਆ। ਸਰ ਇਹਨਾਂ ਨੇ ਦੱਸਿਆ ਕਿ ਕਿਉਂ ਇਹਨਾਂ ਨੇ ਹਮਲਾ ਕੀਤਾ? ਉਹ ਇਨਵੈਸਟੀਗੇਸ਼ਨ ਜਾਰੀ ਹੈ ਸਰ, ਕੁਛ ਬਹਿਸ ਦੱਸ ਗੱਲਬਾਤ ਹਲੇ ਚੱਲਦੀ ਵੀ ਇਨਵੈਸਟੀਗੇਸ਼ਨ। ਸਰ ਕੁਛ ਹੋਰ ਵੀ ਬੰਦੇ ਦੱਸੇ ਜਾ ਰਹੇ ਇਹਨਾਂ ਦੇ ਨਾਲ 2 ਅਰੈਸਟ ਹੋਏ ਤਾਂ ਬਾਕੀ ਹੋਰ ਵੀ ਇੱਕ ਰਹਿੰਦਾ ਜੀ ਅਰੈਸਟ ਕਰ ਰਹਿੰਦਾ ਕਿੰਨੇ ਟੋਟਲ ਕਿੰਨੇ ਬੰਦੇ? 3 ਸੀਗੇ ਜੀ। ਬਰਾਮਦ ਬਰਾਮਦਗੀ ਹਲੇ ਤਰਨੀ ਆ ਬਰਾਮਦਗੀ ਹੁਣ ਰਿਮਾਂਡ ਦੇ ਵਿੱਚ ਐਕਟਿਵਾ ਵਗੈਰਾ ਬਰਾਮਦ ਹੋ ਗਈ ਜੀ? ਹਾਂਜੀ ਐਕਟਿਵਾ ਮਿਲ ਗਈ ਸੀ ਸਰ। ਠੀਕ ਹੈ ਠੀਕ ਹੈ। ਬਾਬਾ ਜੀ ਕੋਈ ਕਹਿਣਾ ਜੀ ਹਾਈ ਬਾਬਿਆ ਜੀ ਬਾਬਾ ਜੀ ਕੋਈ ਅਫਸੋਸ ਤਾਂ ਨਹੀਂ ਤੁਹਾਨੂੰ ਕਿਸ ਚੀਜ਼ ਦਾ ਅਫਸੋਸ ਤਾਂ ਨਹੀਂ ਹੈ ਬਾਬਾ ਜੀ ਮਾਰਿਆ ਗਿਆ ਜੀ ਕੁਛ ਬਾਬਾ ਜੀ